بولے سونے حال ساس بھی اکال ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਤੁਹਾਨੂੰ ਪਤਾ ਹੈ ਹਰ ਵਾਰ ਕਿਸੇ ਉੱਘੀ ਪੰਥਕ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਦਾ ਮਾਣ ਹਾਸਲ ਕਰਦਾ ਹਾਂ। ਇਸ ਵਾਰ ਸਾਡੀ ਬੇਨਤੀ ਨੂੰ ਪ੍ਰਮਾਣ ਕਰਦੇ ਹੋਏ ਸਾਡੇ ਕੋਲ ਸਟੂਡੀਓ ਦੇ ਵਿੱਚ ਉਹ ਮਹਾਨ ਸ਼ਖਸੀਅਤ ਪਹੁੰਚੀ ਹੈ ਜਿਨ੍ਹਾਂ ਨੇ 2009 ਦੇ ਵਿੱਚ ਜਿਹੜਾ ਆਸ਼ੂਤੋਸ਼ ਨੇ ਲੁਧਿਆਣੇ ਦੇ ਵਿੱਚ ਇੱਕ ਮਾਰਚ ਕੱਢਣਾ ਸੀ ਉਹਦਾ ਵਿਰੋਧ ਕੀਤਾ, ਬਕਾਇਦਾ 5.5 ਸਾਲ ਜੇਲ੍ਹ ਦੇ ਵਿੱਚ ਰਖੇ ਔਰ ਉਸ ਮਾਰਚ ਦੇ ਦੌਰਾਨ ਇੱਕ ਗੋਲੀ ਵੀ ਲੱਗੀ। SGPC ਨੇ ਮੁਆਵਜ਼ਾ ਦੇਣ ਦਾ ਯਤਨ ਕੀਤਾ 50,000 ਰੁਪਈਏ ਦਾ, ਅਤੇ ਇਹਨਾਂ ਨੇ ਬਿਲਕੁਲ ਸਾਰਿਆਂ ਦੇ ਸਾਹਮਣੇ ਉਹ ਚੈੱਕ ਵੀ ਪਾੜ ਦਿੱਤਾ। ਮੇਰੇ ਕਹਿਣ ਤੋਂ ਮੁਰਾਦ ਜਸਵਿੰਦਰ ਸਿੰਘ ਰਾਜਪੁਰਾ। ਇਹ ਸਾਰੇ ਮਾਮਲੇ ਦਾ ਸੱਚ ਇਹਨਾਂ ਦੀ ਜ਼ੁਬਾਨ ਤੋਂ ਜਾਣਾਂਗੇ ਕਿ 2009 ਦੇ ਵਿੱਚ ਪ੍ਰਸ਼ਾਸਨ ਦਾ ਕੀ ਰੋਲ ਸੀ, ਸਿੱਖ ਜਥੇਬੰਦੀਆਂ ਜਾਂ ਬਾਬਿਆਂ ਦਾ ਕੀ ਰੋਲ ਸੀ ਉਸ ਵਕਤ, ਅਤੇ ਜਿਸ ਸੱਜਣ ਨੂੰ ਗੋਲੀ ਲੱਗੀ ਹੈ ਉਸ ਦੇ ਬਾਬਤ ਸਰਕਾਰ ਦਾ ਕੀ ਪ੍ਰਤੀਕਰਮ ਸੀ। ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਅਸੀਂ ਸਟੂਡੀਓ ਦੇ ਵਿੱਚ ਜਾਣਾਂਗੇ, ਪਰ ਸਭ ਤੋਂ ਪਹਿਲਾਂ ਜਸਵਿੰਦਰ ਸਿੰਘ ਜੀ ਦਾ ਆਪਣੇ ਸਟੂਡੀਓ ਵਿੱਚ ਆਉਣ ਲਈ ਅਸੀਂ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਇਹ ਜਾਣਕਾਰੀ ਲੈਣੀ ਚਾਹੁੰਦਾ ਮੈਂ, ਜਿਹੜਾ 2009 ਦੇ ਵਿੱਚ ਆਸ਼ੂਤੋਸ਼ ਨੇ ਇੱਕ ਮਾਰਚ ਕੱਢਣਾ ਸੀ ਅਤੇ ਤੁਸੀਂ ਉਹਦਾ ਵਿਰੋਧ ਕੀਤਾ, ਉਸ ਦਾ ਵਿਰੋਧ ਕਰਨ ਤੋਂ ਪਹਿਲਾਂ ਤੁਸੀਂ ਪ੍ਰਸ਼ਾਸਨ ਨੂੰ ਵਿਸ਼ਵਾਸ ਵਿੱਚ ਲਿਆ ਜਾਂ ਇਹਨਾਂ ਨੂੰ ਕੋਈ ਆਪਣਾ ਮੰਗ ਪੱਤਰ ਦਿੱਤਾ, ਕੋਈ ਇਸ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਵੀ ਪਾਈ ਸੀ? ਜੀ ਮਖੂ ਜੀ, ਇਹ 1 ਤਰੀਕ ਨੂੰ ਸਾਨੂੰ ਪਤਾ ਲੱਗਿਆ ਸੀਗਾ ਜੀ, ਉਦੋਂ ਮੈਂ ਪਟਿਆਲੇ ਸੀਗਾ ਜੀ, ਕਿ ਇੱਕ ਆਸ਼ੂਤੋਸ਼ ਨਾਮੀ ਬਾਬਾ ਜਿਹੜਾ ਪਖੰਡੀ ਜੀ, ਜਿਹਦੇ ਖਿਲਾਫ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਹੁਕਮਨਾਮਾ ਜਾਰੀ ਹੋਇਆ ਕਿ ਇਹਦਾ ਕਿਤੇ ਵੀ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ, ਕਿਉਂਕਿ ਇਸ ਤੋਂ ਪਹਿਲਾਂ ਵੀ ਘਟਨਾ ਵਾਪਰੀ ਸੀਗੀ, ਉਦੋਂ ਵੀ ਇਹਦੇ ਚੇਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਕੇਸਾਂ 'ਤੇ ਕਿੰਤੂ ਪ੍ਰਿੰਤੂ ਕੀਤਾ ਸੀ, ਅਤੇ ਉਦੋਂ ਇਹਨਾਂ ਦੇ ਚੇਲਿਆਂ ਨੇ ਸਿੱਖ ਨੌਜਵਾਨਾਂ 'ਤੇ ਗੋਲੀਆਂ ਚਲਾਤੀਆਂ ਸੀਗੀਆਂ, ਉਦੋਂ ਜ਼ਖਮੀ ਹੋਏ ਸਨ। ਇਸ ਕਰਕੇ ਜਦੋਂ ਸਾਨੂੰ ਪਤਾ ਲੱਗਿਆ, ਅਸੀਂ ਸਾਡੀ ਜਥੇਬੰਦੀ ਜਾਂ ਹੋਰ ਜਿੰਨੇ ਸਿੰਘ ਸੀਗੇ ਉਹ 1 ਤਰੀਕ ਨੂੰ ਲੁਧਿਆਣੇ ਪਹੁੰਚੇ, ਉੱਥੇ ਅਸੀਂ ਪ੍ਰਸ਼ਾਸਨ ਨੂੰ SSP ਨੂੰ ਮੰਗ ਪੱਤਰ ਦਿੱਤਾ, 2 ਤਰੀਕ ਆਈ, ਅਗਲਾ ਦਿਨ ਆਇਆ, ਉਸ ਤੋਂ ਬਾਅਦ 2 ਤਰੀਕ ਨੂੰ ਅਸੀਂ DC ਦਫ਼ਤਰ ਅੱਗੇ ਮੁਜ਼ਾਹਰਾ ਵੀ ਕੀਤਾ ਕਿ ਉੱਥੇ ਮੰਗ ਪੱਤਰ ਲਿਆ, ਫਿਰ ਉਸ ਤੋਂ ਬਾਅਦ 3 ਤਰੀਕ ਆ ਗਈ, 3 ਤਰੀਕ ਨੂੰ ਅਸੀਂ ਸਾਰੇ ਸ਼ਹਿਰ ਦੇ ਵਿੱਚ ਮਾਰਚ ਕੱਢਿਆ ਗਿਆ ਇਸ ਗੱਲ ਦਾ ਵਿਰੋਧ ਦਾ ਕਿ ਇੱਕ ਬਾਬਾ ਜਿਹੜਾ ਉਹ ਸਿੱਖਾਂ ਦੀ ਦੁਬਾਰਾ ਜਿਵੇਂ 1978 ਦੇ ਵਿੱਚ ਸਾਕਾ ਵਾਪਰਿਆ ਸੀਗਾ ਉੱਦਾਂ ਡਰਾਉਣ ਦੀ ਕੋਸ਼ਿਸ਼ ਕਰਦਾ ਪਿਆ। ਬਕਾਇਦਾ ਅਸੀਂ SGPC ਜਿਹੜਾ ਪ੍ਰਧਾਨ ਸੀ ਪਹਿਲੇ ਅਵਤਾਰ ਸਿੰਘ ਮੱਕੜ, ਉਹਨਾਂ ਦੀ ਕੋਠੀ ਦੇ ਬਾਹਰ ਵੀ ਪ੍ਰੋਟੈਸਟ ਕੀਤਾ ਕਿ ਇਹਨਾਂ ਨੂੰ ਰੋਕੋ ਜੀ, ਵੀ ਤੁਹਾਡਾ ਫਰਜ਼ ਬਣਦਾ ਹੈ ਵੀ ਇਹ ਸਿੱਖੀ ਦੇ ਜਿਹੜੇ ਦੁਸ਼ਮਣ ਨੇ ਜਾਂ ਕਾਤਲ ਜਮਾਤਾਂ ਨੇ ਸਾਡੇ ਜਿਹੜੇ ਐਂਟੀ ਚੀਜ਼ਾਂ ਨੇ ਉਹਨਾਂ ਨੂੰ ਇਕੱਠੀਆਂ ਕਰਕੇ ਜਾਂ ਸਿੱਖੀ ਦੇ ਖਿਲਾਫ਼ ਖੜੀ ਕਰ ਰਹੇ ਨੇ, ਇਹਨਾਂ ਨੂੰ ਰੋਕੋ ਜੀ। ਅਕਾਲੀ ਦਲ ਨੂੰ ਵੀ ਉੱਥੇ ਅਪੀਲ ਕੀਤੀ, ਸਾਰੇ ਪ੍ਰਸ਼ਾਸਨ ਨੂੰ ਅਪੀਲ ਕੀਤੀ, ਪਰ ਅੰਤ ਵੇਲੇ ਤੱਕ ਇਹ ਕਹਿੰਦੇ ਰਹੇ ਕਿ ਅਸੀਂ ਇਹਨੂੰ ਰੋਕਾਂਗੇ ਰੋਕਾਂਗੇ, ਪਰ ਇਹ ਅੰਤ ਵੇਲੇ ਤੱਕ ਇਹਨਾਂ ਨੇ ਨਹੀਂ ਰੋਕਿਆ। ਅੱਛਾ, ਉਸ ਤੋਂ ਬਾਅਦ ਤੁਸੀਂ ਆਪਣੀ ਇਹ ਕਾਰਵਾਈ ਪਾਈ ਹੈ ਜੀ। ਦੇਸ਼ ਵਿਦੇਸ਼ ਦੇ ਦਰਸ਼ਕੋ, ਇੱਕ ਛੋਟਾ ਜਿਹਾ ਜ਼ਿਕਰ ਤੁਹਾਨੂੰ ਮੈਂ ਵੀ ਕਰਦੇ ਹਾਂ। ਇਸ ਤੋਂ ਪਹਿਲਾਂ ਵੀ ਮੁਕਤਸਰ ਏਰੀਏ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਦੋਂ ਗੋਲੀਕਾਂਡ ਤੱਕ ਵੀ ਹੋ ਗਿਆ, ਥੋੜ੍ਹਾ ਜਿਹਾ ਜ਼ਿਕਰ ਕਰਦੇ ਆ। ਇੱਕ ਤੁੱਕ ਨੂੰ ਲੈ ਕੇ ਬੜਾ ਇਹਨਾਂ ਨੇ ਦੁਬਧਾ ਪਾਉਣ ਦਾ ਯਤਨ ਕੀਤਾ ਕਿ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੜ ਮੁੰਡਾਏ। ਜਿਸ ਤੁੱਕ ਦੇ ਆਪਾਂ ਅਰਥ ਬੜੀ ਬਰੀਕੀ ਵਿੱਚ ਕਰੀਏ, ਤਾਂ ਇਸ ਤੋਂ ਪਹਿਲੀ ਤੁੱਕ ਨੂੰ ਪੜ੍ਹ ਕੇ ਨਹੀਂ ਸੁਣਾਉਂਦੇ। ਪਹਿਲੀ ਤੁੱਕ ਹੈ, ਕਬੀਰ ਪ੍ਰੀਤ ਏਕ ਸਿਉ ਕੀਏ, ਆਣ ਦੁਬਧਾ ਜਾਏ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੜ ਮੁੰਡਾਏ। ਇਹਦੇ ਅਰਥ ਇਹ ਇੰਝ ਕਰਦੇ ਸੀ, ਦੇਖੋ ਗੁਰਬਾਣੀ ਵਿੱਚ ਲਿਖਿਆ ਭਾਵੇਂ ਲਾਂਬੇ ਕੇਸ ਕਰ, ਵੀ ਭਾਵੇਂ ਤੇ ਲੰਮੇ ਕੇਸ ਕਰ ਲਵੋ, ਭਾਵੇਂ ਘਰੜ ਮੁੰਡਾਏ, ਅਤੇ ਭਾਵੇਂ ਰੱਖ ਕੇ ਚੰਗੀ ਤਰ੍ਹਾਂ ਮਨਾ ਲਵੋ, ਗੁਰਬਾਣੀ ਵਿੱਚ ਲਿਖਿਆ ਹੋਇਆ। ਅਤੇ ਸਾਡੇ ਪਿੰਡਾਂ ਦੇ ਭੋਲੇ ਭਾਲੇ ਲੋਕ ਜਾਂ ਕਹਿ ਲਓ ਗੁਰਬਾਣੀ ਤੋਂ ਅਣਜਾਣ ਅਗਿਆਨਤਾ ਬਸ ਹੋ ਕੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਣਾ, ਅਤੇ ਕਈ ਐਸੇ ਸਨ ਜਿਹੜੇ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਕੇਸ ਵੀ ਕਤਲ ਕਰਵਾਉਣ ਲੱਗ ਪਏ। ਜਦੋਂ ਗੱਲ ਸਾਡੇ ਪ੍ਰਚਾਰਕਾਂ ਤੱਕ ਪਹੁੰਚੀ ਤਾਂ ਇਹਨਾਂ ਨੇ ਦੱਸਿਆ ਕਿ ਇਹਦੇ ਅਰਥ ਕੁਝ ਇੰਝ ਬਣਦੇ ਨੇ, ਕਬੀਰ ਪ੍ਰੀਤ ਏਕ ਚੁੱਕੀਏ, ਕਿ ਪ੍ਰੀਤ ਇੱਕ ਪਰਮਾਤਮਾ ਨਾਲ ਪਾ, ਆਣ ਦੁਬਧਾ ਜਾਏ ਅਤੇ ਆਪਣੇ ਅੰਦਰੋਂ ਹੋਰ ਹਰ ਪ੍ਰਕਾਰ ਦੀ ਦੁਬਧਾ ਮਿਟਾ ਦਿਓ, ਇੱਕ ਨਾਲ ਪ੍ਰੀਤ ਪਾ।
ਤੇ ਜੇ ਤੇਰੀ ਇੱਕ ਨਾਲ ਪ੍ਰੀਤ ਨਹੀਂ ਬਣੀ ਭਾਵੇਂ ਲੰਬੇ ਕੇਸ ਕਰ ਭਾਵੇਂ ਘਰ ਮੁੰਡਾਏ ਤੇ ਭਾਵੇਂ ਲੰਮੇ ਕੇਸ ਰੱਖ ਲਾ ਤੇ ਭਾਵੇਂ ਰੱਖ ਕੇ ਮਨਾ ਲਾ ਫਿਰ ਤੈਨੂੰ ਰੱਬ ਨਹੀਂ ਮਿਲਦਾ ਜਿੰਨੀ ਦੇਰ ਤੱਕ ਅੰਦਰੋਂ ਉਸ ਪਰਮਾਤਮਾ ਦੇ ਨਾਲ ਤੂੰ ਪ੍ਰੀਤ ਨਹੀਂ ਪਾ ਲੈਂਦਾ ਅਰਥ ਤੇ ਇਹ ਬਣਦੇ ਸਨ ਪਰ ਇਹਨਾਂ ਨੇ ਪਹਿਲੀ ਤੁੱਕ ਸੁਣਾਈ ਨਾ ਤੇ ਦੂਸਰੀ ਤੁੱਕ ਸੁਣਾ ਕੇ ਸਾਡੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਇੱਕ ਗੰਦਾ ਭੈੜਾ ਯਤਨ ਕੀਤਾ ਉਦੋਂ ਵੀ ਸਿੱਖ ਸੰਗਤ ਵਿੱਚ ਬੜਾ ਇੱਕ ਰੋਸ ਪਾਇਆ ਗਿਆ ਸਮਾਂ ਪਾ ਕੇ ਇਹਨਾਂ ਨੇ ਜਦੋਂ ਲੁਧਿਆਣੇ ਦੇ ਵਿੱਚ ਕਿਹਾ ਵੀ ਅਸੀਂ ਇੱਕ ਮਾਰਚ ਕੱਢਣਾ ਤੇ ਮੈਨੂੰ ਇੰਝ ਲੱਗਦਾ ਵੀ ਇਹ 1978 ਵਾਂਗੂ ਬਣ ਜਾਣਾ ਸੀ ਸਾਰਾ ਔਰ ਬਣਿਆ ਵੀ ਉਦੋਂ ਵੀ ਗੋਲੀ ਚੱਲੀ ਗੋਲੀ ਖੁਣ ਵੀ ਚੱਲੀ ਜੇ ਦੇਖਿਆ ਜਾਵੇ ਉਦੋਂ ਸ਼ਹੀਦੀਆਂ ਜ਼ਿਆਦੀਆਂ ਹੋਈਆਂ ਸੀ ਇਸ ਵਾਰ ਇੱਕ ਸਿੰਘ ਸ਼ਹੀਦ ਹੋਇਆ ਬਾਕੀਆਂ ਦੇ ਗੋਲੀਆਂ ਲੱਗੀਆਂ ਪਰ ਜੇ ਉਸ ਦੇ ਵਿੱਚ ਰਹਿਣ ਵਾਲੇ ਜਾਂ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਪੁੱਛੀਏ ਵੀ ਆਖਰਕਾਰ ਇਹ ਮਾਮਲਾ ਕੀ ਹੈ ਤੇ ਉਹ ਭਰਾ ਸਾਨੂੰ ਦੱਸਦੇ ਨੇ ਕਿ ਜਿਵੇਂ 1978 ਦੇ ਵਿੱਚ ਉਹਨੇ ਵੀ ਮਾਰਚ ਕੱਢ ਲਿਆ ਸੀ ਇਸੇ ਪ੍ਰਕਾਰ ਇਹ ਵੀ ਕੱਢ ਰਿਹਾ ਸੀ ਉਹ ਪਾਲਕੀ ਵਿੱਚ ਇਹ ਵੀ ਪਾਲਕੀ ਵਿੱਚ ਤੇ ਸੱਜਣਾ ਨੇ ਇੱਥੋਂ ਤੱਕ ਵੀ ਸਾਨੂੰ ਦੱਸਿਆ ਵੀ ਇਹ ਇੱਕ ਐਸਾ ਪਲਾਨ ਕਰਦਾ ਸੀ ਕਿ ਪੰਜ ਪਿਆਰੇ ਵੀ ਮੈਂ ਅੱਗੇ ਲਗਾਵਾਂਗਾ ਜਿਹਦੇ ਕਰਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਅਤੇ ਅਸੀਂ ਰੱਜ ਕੇ ਵਿਰੋਧ ਕੀਤਾ ਵੀਰ ਜੀ ਜਿਵੇਂ ਤੁਸੀਂ ਸਾਨੂੰ ਦੱਸਿਆ ਤੁਸੀਂ ਪ੍ਰਸ਼ਾਸਨ ਨੂੰ ਕਿਹਾ ਤੁਸੀਂ ਜਥੇਬੰਦੀਆਂ ਨੂੰ ਕਿਹਾ ਤੁਸੀਂ SGPC ਪ੍ਰੈਜ਼ੀਡੈਂਟ ਨੂੰ ਕਿਹਾ ਇਹਨਾਂ ਨੇ ਵਿਸ਼ਵਾਸ ਦਵਾਇਆ ਪਰ ਪ੍ਰੋਗਰਾਮ ਰੋਕਣ ਦੇ ਲਈ ਕੋਈ ਅੱਗੇ ਆਇਆ ਜੀ ਬਿਲਕੁਲ ਨਹੀਂ ਜੀ ਕਿਸੇ ਨੇ ਵੀ ਕੋਈ ਪ੍ਰੋਗਰਾਮ ਰੋਕਣ ਲਈ ਕੋਈ ਉਪਰਾਲਾ ਨਹੀਂ ਕੀਤਾ ਇੱਥੋਂ ਤੱਕ ਕਿ ਜਦੋਂ ਅਸੀਂ ਸ਼ਹਿਰ ਦੇ ਵਿੱਚ ਪ੍ਰੋਟੈਸਟ ਕਰਦੇ ਸੀ ਬਿਲਕੁਲ ਪੀਸਫੁਲੀ ਵਿੱਚ ਬੀਬੀਆਂ ਵੀ ਸੀ ਬੱਚੇ ਵੀ ਸਨ ਬਜ਼ੁਰਗ ਵੀ ਸਨ ਸਿੱਖ ਨੌਜਵਾਨ ਵੀ ਸਨ ਸਾਰੇ ਸਨ ਉਹਨਾਂ ਨੂੰ ਰੋਕਿਆ ਜਾਂਦਾ ਸੀਗਾ ਪ੍ਰੋਟੈਸਟ ਕਰਨ ਤੋਂ ਵੀ ਅੱਛਾ ਵੀ ਇੱਕ ਤਰ੍ਹਾਂ ਦੇਖਿਆ ਜਾਵੇ ਪੂਰੀ ਲਾਬੀ ਸੀਗੀ ਜਿਹੜੀ ਸਰਕਾਰੀ ਇਹ ਉਹੀ ਲੋਕ ਸਨ ਜਿਹੜੇ ਸਰਕਾਰ ਦੇ ਸਨ ਜਿਨ੍ਹਾਂ ਨੇ 1978 ਦੇ ਵਿੱਚ ਗੋਲੀ ਚਲਾਈ ਸੀ ਇਹ ਉਹੀ ਲੋਕ ਸਨ ਜਿਨ੍ਹਾਂ ਨੇ ਹੁਣ ਬਰਗਾੜੀ ਦੇ ਵਿੱਚ ਸਿੱਖ ਨੌਜਵਾਨਾਂ ਦਾ ਖੂਨ ਪੀਆ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਗੋਲੀ ਚਲਾਈ ਉਦੋਂ ਜੀ 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 ਵੀ ਉਹਨਾਂ ਲੋਕਾਂ ਨੇ ਫਿਰ ਦੁਬਾਰਾ ਗੋਲੀ ਚਲਾਈ ਬਿਲਕੁਲ ਜੀ ਪਰ ਮੈਂ ਤੁਹਾਡੇ ਕੋਲ ਇੱਕ ਹੋਰ ਜਾਣਕਾਰੀ ਲੈਣੀ ਚਾਹੁੰਦਾ ਵਾਂ ਉਸ ਵਕਤ ਜਿਵੇਂ ਤੁਸੀਂ ਦੱਸਿਆ ਵੀ ਜਥੇਬੰਦੀਆਂ ਕੋਲ ਗਏ ਜਥੇਬੰਦੀਆਂ ਨੇ ਤੁਹਾਨੂੰ ਭਰੋਸੇ ਜੇ ਦੇ ਵਿੱਚ ਲੈ ਲਿਆ ਪੰਜਾਬੀ ਦੇ ਵਿੱਚ ਜਿਹਨੂੰ ਕਹਿੰਦੇ ਵੀ ਲੱਕੜ ਦਾ ਮੁੰਡਾ ਦੇ ਦਿੱਤਾ ਠੀਕ ਹੈ ਤੁਸੀਂ ਦੱਸਿਆ ਅਸੀਂ ਇਹਦੇ ਕੋਲ ਗਏ ਉਸ ਵਕਤ ਬਾਬਿਆਂ ਦਾ ਵੀ ਕੋਈ ਰੋਲ ਰਿਹਾ ਜਿਹੜੇ ਸਾਡੇ ਪੰਜਾਬ ਦੇ ਵਿੱਚ ਬਹੁਤਾਤ ਬਾਬਿਆਂ ਦੀ ਹੈ ਜੀ ਅਸੀਂ ਕਾਫੀ ਬਾਬਿਆਂ ਨਾਲ ਕੰਟੈਕਟ ਕੀਤਾ ਉਦੋਂ ਆਖਿਆ ਵੀ ਇੱਥੇ ਆਓ ਵੀ ਇੱਥੇ ਜਿਹੜੀ ਇਹ ਬੇਪੱਤੀ ਜਿਹੜਾ ਕਰਨ ਜਾ ਰਿਹਾ ਸਾਡੇ ਸਮਾਜ ਦੀ ਹੈ ਸਿੱਖ ਧਰਮ ਦੇ ਖਿਲਾਫ ਸ਼ਾਨ ਦੇ ਖਿਲਾਫ ਬੋਲਣ ਜਾ ਰਿਹਾ ਵੀ ਤੁਸੀਂ ਬਾਅਦ ਦੇ ਵਿੱਚ ਵੀ ਤਾਂ ਆਓਗੇ ਵੀ ਪਹਿਲਾਂ ਆ ਕੇ ਜਿਹੜਾ ਬੰਦਾ ਪਹਿਲਾਂ ਹੀ ਸਾਡੇ ਐਂਟੀ ਹੈ ਸਾਨੂੰ ਪਤਾ ਸਾਡੀ ਦੁਸ਼ਮਣ ਜਮਾਤ ਹੈ ਉਹਨੇ ਕੁਛ ਨਾ ਕੁਛ ਉੱਥੇ ਗਲਤ ਆ ਕੇ ਬੋਲਣਾ ਵਾ ਜੀ ਕਰੂਗਾ ਉਸ ਤੋਂ ਪਹਿਲਾਂ ਅਸੀਂ ਵਿਰੋਧ ਕਰੀਏ ਉਸਦਾ ਉਸ ਦੀ ਪਾਬੰਦੀ ਲਾਈਏ ਕਿਉਂਕਿ ਸਾਡੀ ਸਟੇਟ ਹੈ ਸਿੱਖ ਸਟੇਟ ਇਹਨੂੰ ਕਹਿ ਸਕਦੇ ਹਾਂ ਆਪਾਂ ਸਿੱਖਾਂ ਦੀ ਬਹੁ ਗਿਣਤੀ ਹੈ ਅਤੇ ਉੱਠ ਕੇ ਇੱਕ ਯੂਪੀ ਬਿਹਾਰ ਦਾ ਭਈਆ ਅਤੇ ਸਾਡੇ ਧਰਮ ਪ੍ਰਤੀ ਸਾਡੀ ਸ਼ਾਨ ਪ੍ਰਤੀ ਆ ਕੇ ਕੋਈ ਗੱਲ ਕਰੇ ਵੀ ਸਾਡੇ ਲਈ ਬੜੀ ਮਾੜੀ ਗੱਲ ਹੈ ਕਿਉਂਕਿ ਸਿੱਖ ਤਾਂ ਕਾਬਲ ਕੰਧਾਰ ਤੱਕ ਆਪਣੇ ਜਿਹੜੇ ਝੰਡੇ 'ਚੋਂ ਲਾ ਕੇ ਆਏ ਨੇ ਵੀ ਇਹ ਲੋਕ ਸਾਨੂੰ ਇਹ ਇੱਥੇ ਆ ਕੇ ਨੀਚਾ ਕਿਵੇਂ ਦਿਖਾਉਣ ਤਾਂ ਉਸ ਬਾਬਿਆਂ ਵੱਲੋਂ ਉਸ ਟਾਈਮ ਕਾਫੀ ਰਿਸਪੋਂਸ ਦਿਖਾਇਆ ਗਿਆ ਕਿ ਅਸੀਂ ਜ਼ਰੂਰ ਪਹੁੰਚਾਂਗੇ ਅਤੇ ਉਸ ਸਮੇਂ ਕੁਛ ਬਾਬੇ ਪਹੁੰਚੇ ਵੀ ਸੀ ਜੀ ਅਤੇ ਸਾਨੂੰ ਜਿੱਥੋਂ ਤੱਕ ਪਤਾ ਲੱਗਾ ਕਿ ਜਦੋਂ ਗੋਲੀ ਚੱਲੀ ਹੈ ਇੱਕ ਸਿੰਘ ਸ਼ਹੀਦ ਹੋਇਆ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇੱਕ ਬਿਆਨ ਆਇਆ ਸੀ ਕਿ ਗੋਲੀ ਚੱਲੀ ਨਹੀਂ ਉਹਦਾ ਕੀ ਸੱਚ ਹੈ ਇਹ ਜਦੋਂ ਗੋਲੀ ਚੱਲੀ ਹੈ ਉਸ ਤੋਂ ਬਾਅਦ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਪੰਜਾਬ ਦੀਆਂ ਅਤੇ ਕੁਛ ਸਿੱਖ ਜਥੇਬੰਦੀਆਂ ਉਹਨਾਂ ਨੇ ਰਲ ਕੇ ਇੱਕ ਹਾਈ ਕੋਰਟ ਦੇ ਵਿੱਚ ਰਿਟ ਦਾਇਰ ਕੀਤੀ ਗਈ ਕਿ ਪੰਜਾਬ ਦੇ ਵਿੱਚ ਇਹ ਦੇਖੋ ਵੀ ਕਿਹੜਾ ਕਾਨੂੰਨ ਦੀ ਗੱਲ ਆਪਾਂ ਚਲੋ ਹਿੰਦੁਸਤਾਨ ਦਾ ਸਿਸਟਮ ਹੈ ਇਹਨੂੰ ਮੰਨ ਲਈਏ ਵੀ ਕਿਹੜੇ ਕਾਨੂੰਨ 'ਚ ਲੱਗਿਆ ਵੀ ਜਿਹੜੇ ਪੀਸਫੁੱਲੀ ਲੋਕ ਨੇ ਉਹਨਾਂ ਦੀ ਧਰਮ ਨੇ ਜਾਂ ਸ਼ਾਨ ਦੇ ਖਿਲਾਫ ਕੋਈ ਬੋਲਦਾ ਉਹਨੂੰ ਰੋਕਦੇ ਨੇ ਜਾਂ ਉਹਦਾ ਪ੍ਰੋਟੈਸਟ ਕਰਦੇ ਨੇ ਵਿਰੋਧ ਕਰਦੇ ਨੇ ਉਹਨਾਂ 'ਤੇ ਗੋਲੀ ਚਲਾ ਦਈਏ ਸਿੱਧੀ ਇਹ ਤਾਂ ਬਾਰਡਰ 'ਤੇ ਹੁੰਦਾ ਵਾ ਬਾਰਡਰ 'ਤੇ ਵੀ ਪਹਿਲੇ ਉੱਥੇ ਉਹਨਾਂ ਨੂੰ ਕਿਹਾ ਜਾਂਦਾ ਉੱਥੇ ਜਿਹੜਾ ਉਹਨਾਂ ਦਾ ਹਾਈ ਕਮਿਸ਼ਨ ਹੁੰਦਾ ਜਾਂ ਉਹਨਾਂ ਦੇ ਬਾਰਡਰ 'ਤੇ ਜਿਹੜੇ ਅਫਸਰ ਹੁੰਦੇ ਨੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਆਹ ਤੁਹਾਡੇ ਲੋਕ ਗੜਬੜੀ ਕਰਦੇ ਇੱਥੇ ਅਸੀਂ ਫਾਇਰਿੰਗ ਕਰਾਂਗੇ ਜਾਂ ਲੜਾਈ ਹੋਊਗੀ ਕੁਛ ਹੋਊਗਾ ਇੱਥੇ ਤਾਂ ਕਿਸੇ ਤਰ੍ਹਾਂ ਦੀ ਫਾਇਰਿੰਗ ਨਹੀਂ ਹੋਈ ਪਹਿਲੇ ਹਵਾਈ ਫਾਇਰ ਨਹੀਂ ਹੋਈ ਸਿੱਧਾ ਸਿੱਖ ਨੌਜਵਾਨਾਂ 'ਤੇ ਗੋਲੀਆਂ ਮਾਰੀ ਗਈਆਂ ਜੀ 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 ਇੱਥੇ ਤਾਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਪਰ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਲੱਗਾ ਇਹ 2-3 ਮਹੀਨੇ ਬਾਅਦ ਉਹਦਾ ਹਾਈ ਕੋਰਟ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਲਿਖਤੀ ਬਿਆਨ ਦਿੱਤਾ ਪੰਜਾਬ ਸਰਕਾਰ ਵੱਲੋਂ ਕਿ ਇੱਥੇ ਤਾਂ ਕਿਸੇ ਤਰ੍ਹਾਂ ਦੀ ਕੋਈ ਗੋਲੀ ਨਹੀਂ ਚੱਲੀ ਲੁਧਿਆਣੇ ਸ਼ਹਿਰ ਦੇ ਵਿੱਚ ਤੇ ਜੇ ਗੋਲੀ ਨਹੀਂ ਚੱਲੀ ਤੇ ਫਿਰ ਸਿੰਘ ਸ਼ਹੀਦ ਕਿਵੇਂ ਹੋ ਗਿਆ ਇਹੀ ਤਾਂ ਸਾਨੂੰ ਹਜੇ ਤੱਕ ਨਹੀਂ ਸਮਝ ਆਇਆ ਇੱਥੋਂ ਤੱਕ ਕਿ ਦਰਸ਼ਨ ਸਿੰਘ ਸ਼ਹੀਦ ਦਰਸ਼ਨ ਸਿੰਘ ਲੋਹਾਰਾ ਜੀ ਦੇ ਬੇਟੇ ਨੂੰ ਇਹਨਾਂ ਨੇ ਸਰਕਾਰੀ ਨੌਕਰੀ ਦਈ ਹੈ ਉਹਨਾਂ ਨੂੰ ਕਿਉਂ ਨੌਕਰੀ ਦਈ ਜੇ ਗੋਲੀ ਨਹੀਂ ਚੱਲੀ ਦੇਸ਼ ਵਿਦੇਸ਼ ਦੇ ਦਰਸ਼ਕੋ ਇਹਦਾ ਸੱਚ ਕੁਝ ਹੋਰ ਨਿਕਲਦਾ ਪਿਆ ਜਿਵੇਂ ਵੀਰ ਜੀ ਨੇ ਦੱਸਿਆ ਵੀ ਜਥੇਬੰਦੀਆਂ ਕੁਛ ਸਾਨੂੰ ਭਰੋਸੇ ਵਿੱਚ ਲੈਣ ਦਾ ਯਤਨ ਕਰਦੀਆਂ ਰਹੀਆਂ ਪਰ ਮੌਕੇ 'ਤੇ ਨਹੀਂ ਬੌੜਿਆ ਕੁਛ ਬਾਬਿਆਂ ਨੇ ਵੀ ਭਰੋਸਾ ਦਿੱਤਾ ਕੁਛ ਆਏ ਵੀ ਪਰ ਛੇਤੀ ਨਿਕਲ ਗਏ ਸਾਨੂੰ ਜਿੱਥੋਂ ਤੱਕ ਪਤਾ ਲੱਗਿਆ ਵੀ ਇੱਥੇ ਅਰਦਾਸ ਵੀ ਹੋਈ ਸੀ
ਵੀ ਸੰਗਤ ਆਵੇਗੀ ਜਿੰਨੀ ਦੇਰ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਅਸੀਂ ਇੱਥੋਂ ਨਹੀਂ ਉੱਠਾਂਗੇ। ਪਰ ਉਹ ਬਾਬੇ ਅਰਦਾਸ ਕਰਕੇ ਵੀ ਭੱਜੇ। ਜੇ ਇਸ ਤੋਂ ਵੀ ਥੋੜ੍ਹੀ ਜਿਹੀ ਆਪਾਂ ਅੱਗੇ ਚੱਲੀਏ ਤਾਂ ਜਿਵੇਂ ਸਤਿਕਾਰਯੋਗ ਵੀਰ ਜੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਬਿਆਨ ਦਿੱਤਾ ਕਿ ਇੱਥੇ ਗੋਲੀ ਨਹੀਂ ਚੱਲੀ ਲੁਧਿਆਣੇ ਦੇ ਵਿੱਚ। ਜੇ ਲੁਧਿਆਣੇ ਵਿੱਚ ਗੋਲੀ ਨਹੀਂ ਚੱਲੀ ਤਾਂ ਸਿੰਘ ਸ਼ਹੀਦ ਕਿਵੇਂ ਹੋ ਗਿਆ? ਜੇ ਗੋਲੀ ਨਹੀਂ ਚੱਲੀ ਤਾਂ ਅਨੇਕਾਂ ਨੂੰ ਹਸਪਤਾਲਾਂ ਵਿੱਚ ਭਰਤੀ ਕਿਵੇਂ ਕਰਵਾਇਆ ਗਿਆ? ਜੇ ਗੋਲੀ ਨਹੀਂ ਚੱਲੀ ਤਾਂ ਉਸ ਸਰਦਾਰ ਦਰਸ਼ਨ ਸਿੰਘ ਦੇ ਬੇਟੇ ਨੂੰ ਸਰਕਾਰੀ ਨੌਕਰੀ ਕਾਸ ਦੇ ਲਈ ਦਿੱਤੀ ਗਈ ਹੈ? ਇਹਦਾ ਅਰਥ ਹੈ ਵੀ ਇੱਥੇ ਗੋਲੀ ਚੱਲੀ, ਸਿੰਘ ਸ਼ਹੀਦ ਹੋਇਆ, ਉਹਨਾਂ ਦੇ ਬੇਟੇ ਨੂੰ ਨੌਕਰੀ ਦਿੱਤੀ ਗਈ। ਇਹ ਬੇਬੁਨਿਆਦ ਬਿਆਨ ਵੀ ਸਾਹਮਣੇ ਆਏ। ਪਰ ਬਾਬੇ ਅਰਦਾਸ ਕਰਕੇ ਭੱਜੇ ਕਿਉਂ ਇਹ ਜ਼ਰੂਰ ਜਾਣਾਂਗੇ ਵੀਰ ਜੀ ਦੇ ਕੋਲੋਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਹਾਡਾ ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ। ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 0770274809 06 ਤੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬ੍ਰੇਕ ਤੋਂ ਬਾਅਦ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਗੱਲ ਦਾ ਸਿਲਸਿਲਾ ਜਾਰੀ ਕਰਦੇ ਹਾਂ। ਵੀਰ ਜੀ, ਸਾਨੂੰ ਇਹ ਜਾਣਕਾਰੀ ਦਿਓ, ਜਿਵੇਂ ਤੁਸੀਂ ਦੱਸ ਰਹੇ ਸੀ ਕਿ ਬਾਬੇ ਅਰਦਾਸ ਕਰਕੇ ਭੱਜ ਗਏ, ਇਹ ਕਿਉਂ ਭੱਜ ਗਏ? ਕਿਉਂਕਿ ਦੇਖੋ, ਪਹਿਲੇ ਦੇ ਬਾਬਿਆਂ ਨੇ ਸਾਨੂੰ ਪੂਰਾ ਸਮਰਥਨ ਦਿੱਤਾ, ਉੱਥੇ ਲੈਕਚਰ ਵੀ ਵਧੀਆ ਦਿੱਤੇ ਕਿ ਕੁਝ ਵੀ ਹੋ ਜਾਵੇ ਇਹ ਪ੍ਰੋਗਰਾਮ ਅਸੀਂ ਹੋਣ ਨਹੀਂ ਦੇਵਾਂਗੇ, ਰੋਕਾਂਗੇ। ਜਦੋਂ ਅੰਤ ਵੇਲਾ ਆਇਆ, ਜਦੋਂ ਕਲੋਜ਼ ਪਹੁੰਚੇ ਉੱਥੇ, ਜਦੋਂ ਪੁਲਿਸ ਵੱਲੋਂ ਪਹਿਲੇ ਅਥਰੂ ਗੈਸ ਦੇ ਗੋਲੇ ਮਾਰੇ ਗਏ, ਲਾਠੀ ਚਾਰਜ ਕਰਿਆ ਗਿਆ, ਉਸ ਤੋਂ ਥੋੜ੍ਹਾ ਅੱਗੇ ਅਸੀਂ ਵੱਧਦੇ ਗਏ। ਅਸੀਂ ਉਹਨਾਂ ਨੂੰ ਵਾਰ ਵਾਰ ਕਹਿੰਦੇ ਰਹੇ ਸੀ, ਪੀਸਫੁੱਲ ਕਰ ਰਹੇ ਹਾਂ ਕਿ ਅਸੀਂ ਉਹਦਾ ਜਿਹੜਾ ਪ੍ਰੋਗਰਾਮ ਹੈ ਤੁਸੀਂ ਉਹ ਰੋਕੋ ਜੀ, ਉਹ ਸਾਡੇ ਧਰਮ ਦੇ ਖਿਲਾਫ਼ ਬੋਲ ਰਹੇ ਨੇ। ਅਸੀਂ ਤਾਂ ਕਿਸੇ ਧਰਮ ਦੇ ਖਿਲਾਫ਼ ਨਹੀਂ, ਕਿਸੇ ਦੀ ਸ਼ਾਨ ਦੇ ਖਿਲਾਫ਼ ਨਹੀਂ, ਅਸੀਂ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਬੰਦ ਕਰਾਉਣਾ ਚਾਹੁੰਦੇ ਹਾਂ, ਤੁਸੀਂ ਉਹ ਰੋਕੋ। ਉਸ ਤੋਂ ਬਾਅਦ ਜਦੋਂ ਪੁਲਿਸ ਪ੍ਰਸ਼ਾਸਨ ਨੇ ਗੋਲੀ ਚਲਾਈ, ਇੱਕ ਦੋ ਨੌਜਵਾਨਾਂ ਦੀ ਗੋਲੀ ਲੱਗੀ, ਤਾਂ ਉਸ ਸਮੇਂ ਬਹੁਤੇ ਜਿਹੜੇ ਬਾਬੇ ਤਕਰੀਬਨ ਭੱਜ ਗਏ। ਅੱਛਾ। ਅਤੇ ਮੈਂ ਜਦੋਂ ਹੋਸਪਿਟਲ ਦੇ ਵਿੱਚ ਸੀ, ਕੁਝ ਦਿਨ ਬਾਅਦ ਬਾਹਰ ਆਇਆ, ਠੀਕ ਹੋਇਆ, ਮੈਨੂੰ ਹੋਸ਼ ਆਈ 2-4 ਦਿਨ ਬਾਅਦ। ਮੇਰਾ ਪਹਿਲਾ ਹੀ ਸਵਾਲ ਸੀ ਕਿ ਜਿਹੜੇ ਸਾਧ ਬਾਬੇ ਸੀ ਉਹਨਾਂ ਦਾ ਕੀ ਰੋਲ ਸੀ? ਤਾਂ ਉਹ ਨੌਜਵਾਨਾਂ ਨੇ ਬੜੇ ਦੁਖੀ ਹਿਰਦੇ ਨਾਲ ਦੱਸਿਆ, ਕਹਿੰਦੇ ਵੀ ਪਹਿਲਾਂ ਤਾਂ ਉਹਨਾਂ ਵੱਲੋਂ ਕਿਹਾ ਗਿਆ ਵੀ ਇੱਥੇ ਅਸੀਂ ਅਰਦਾਸ ਕਰਦੇ ਹਾਂ ਗੁਰੂ ਅੱਗੇ, ਵੀ ਉਦੋਂ ਤੱਕ ਉੱਠਾਂਗੇ ਨਹੀਂ, ਵੀ ਜਦੋਂ ਤੱਕ ਸਿੱਖ ਨੌਜਵਾਨਾਂ ਦੇ ਕਾਤਲਾਂ ਦੇ, ਗੋਲੀਆਂ ਚਲਾਉਣ ਵਾਲੇ ਅਫਸਰਾਂ 'ਤੇ ਵੀ ਪਰਚੇ ਨਹੀਂ ਦਰਜ ਹੁੰਦੇ, ਕੇਸ ਨਹੀਂ ਦਰਜ ਹੁੰਦੇ। ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਉੱਥੇ ਸੰਗਤ ਇਕੱਠੀ ਹੋਣ ਲੱਗੀ, ਪਤਾ ਲੱਗਿਆ ਅਸੀਂ ਫੋਨ ਕਰਦੇ ਸਿੰਘਾਂ ਨੂੰ ਕਿ ਇੱਕ ਜਥਾ ਅੰਮ੍ਰਿਤਸਰੋਂ ਤੁਰਿਆ, ਇੱਕ ਜਥਾ 10 ਬੱਸਾਂ ਜਥਾ ਪਟਿਆਲਿਓਂ ਤੁਰਿਆ ਉੱਥੇ ਧਰਨਾ ਦੇਣ ਲਈ ਕਿ ਸਿੱਖ ਨੌਜਵਾਨਾਂ ਦੇ ਗੋਲੀਆਂ ਲੱਗੀਆਂ। ਸੰਗਤ ਬਠਿੰਡਿਓਂ ਆਉਂਦੀ ਪਈ ਹੈ, ਦਿੱਲੀਓਂ ਆਉਂਦੀ ਪਈ ਹੈ, ਤਾਂ ਪਤਾ ਨਹੀਂ, ਕਹਿੰਦੇ ਵੀ ਥੋੜ੍ਹੀ ਦੇਰ ਬਾਅਦ ਬਾਬਾ ਜੀ ਨੂੰ ਕਿਸੇ ਦਾ ਫੋਨ ਆਇਆ ਅਤੇ ਉਹ ਚੁੱਪ ਕਰਕੇ ਗੱਡੀ 'ਚ ਬੈਠ ਕੇ ਉੱਥੋਂ ਤੁਰਦੇ ਬਣੇ। ਮੱਖੂ ਸਾਹਿਬ, ਇਹ ਤਾਂ ਇੱਦਾਂ ਦੀ ਗੱਲ ਹੈ ਵੀ ਜਿੱਦਾਂ ਜਿਹੜਾ ਆਸ਼ੂਤੋਸ਼ ਬਾਬਾ ਉਹ ਸਰਕਾਰ ਨਾਲ ਸੀ ਅਤੇ ਸਰਕਾਰ ਨਾਲ ਬਾਬੇ ਸੀ, ਅਤੇ ਉਹਨਾਂ ਨੇ ਟਿਕਣਾ ਕਿਉਂ ਸੀ ਉੱਥੇ? ਅੱਛਾ। ਇਹਨਾਂ ਦਾ ਆਪੇ 'ਚ ਗਠਜੋੜ ਸੀਗਾ, ਇੱਕ ਅਲਾਇੰਸ ਹੈ ਇਹਨਾਂ ਦਾ ਆਪੇ 'ਚ। ਜੀ ਜੀ ਜੀ, ਫਿਰ ਆਪਾਂ ਸਮਝ ਸਕਦੇ ਹਾਂ ਵੀ ਫੋਨ ਕਿਹਦਾ ਆਇਆ ਹੋਵੇਗਾ। ਬਿਲਕੁਲ ਜੀ। ਅਤੇ ਫਿਰ ਉਸ ਤੋਂ ਬਾਅਦ ਇੱਕ ਤਾਂ ਤੁਹਾਡੇ ਗੋਲੀ ਲੱਗੀ, ਅਤੇ ਫਿਰ ਤੁਹਾਨੂੰ ਸਜ਼ਾ ਕਿਉਂ ਹੋਈ? ਸਜ਼ਾ ਉਸ ਤੋਂ ਬਾਅਦ ਅਸੀਂ ਮਨੁੱਖੀ ਅਧਿਕਾਰ, ਜਿੱਦਾਂ ਕਮਿਸ਼ਨ ਨੇ ਪਹਿਲਾਂ ਤੁਹਾਨੂੰ ਦੱਸਿਆ ਵੀ ਇਹਨਾਂ ਦੇ ਖਿਲਾਫ਼ ਰਿੱਟ ਵਗੈਰਾ ਪਾਈ ਸੀ, ਕੇਸ ਇਹਨਾਂ ਦੇ ਲਾਏ ਸੀ ਪੁਲਿਸ ਅਫਸਰਾਂ ਦੇ ਖਿਲਾਫ਼ ਵੀ, ਪੰਜਾਬ ਗੌਰਮੈਂਟ ਦੇ ਖਿਲਾਫ਼ ਵੀ। ਉਸ ਤੋਂ ਬਾਅਦ ਇਹਨਾਂ ਨੇ ਉਲਟਾ ਮੇਰੇ 'ਤੇ ਕੇਸ ਦਰਜ ਕਰਤੇ ਤਾਂ ਕਿ ਇਹ ਜਿਹੜਾ ਇਹ ਕੇਸ ਹੈ ਇਹ ਇੱਕ ਖਤਮ ਕੀਤਾ ਜਾਵੇ, ਇਹਨੂੰ ਦਬਾ ਦਿਆ ਜਾਵੇ, ਇਹਨਾਂ ਦੀ ਜਿਹੜੀ ਗੱਲ ਹੈ, ਇਹਨਾਂ ਦੀ ਆਵਾਜ਼ ਹੈ ਜਿਹੜੀ ਡੇਰਾਵਾਦ ਦੇ ਵਿਰੁੱਧ ਬੁਲੰਦ ਕਰ ਰਹੇ ਸੀ ਅਸੀਂ, ਉਹਨੂੰ ਦਬਾਉਣ ਲਈ ਸਾਡੇ 'ਤੇ ਇਹਨਾਂ ਨੇ ਕੇਸ ਪਾਏ। ਅਤੇ ਅਸੀਂ ਆਉਣ ਵਾਲੇ ਟਾਈਮ 'ਚ ਜਿਹੜੀ SGPC ਚੋਣਾਂ ਉਹ ਵੀ ਲੜਨੀਆਂ ਸੀ, ਉਦੋਂ ਐਲਾਨ ਕਰਿਆ ਸੀਗਾ ਸਾਡੀ ਜਥੇਬੰਦੀ ਵੱਲੋਂ ਕਿ ਅਸੀਂ SGPC ਇਲੈਕਸ਼ਨ ਹੈ ਜਿਹੜੀ ਇਹ ਇਹਦੇ ਖਿਲਾਫ਼ ਲੜਾਂਗੇ, ਕਿਉਂਕਿ ਇਹਨਾਂ ਵੱਲੋਂ ਕਦੇ ਵੀ ਜਿਹੜੀ ਸਿੱਖੀ ਦੀ ਗੱਲ ਹੈ ਉਹ ਨਹੀਂ ਕੀਤੀ ਜਾਂਦੀ, ਉਲਟਾ ਜਿਹੜੇ ਸਿੱਖਾਂ ਦੇ ਮਾਰੂ ਹਮਲੇ ਕਰਦੇ ਨੇ ਉਹਨਾਂ ਦੇ ਹੱਕ ਦੇ ਵਿੱਚ ਖਲੋਂਦੇ ਨੇ ਇਹ ਲੋਕ ਜੀ।
ਤੇ ਫਿਰ ਇਹਨਾਂ ਨੇ ਤੁਹਾਡੇ ਤੇ ਕੀ ਕੇਸ ਪਾਏ? ਮੇਰੇ ਤੇ ਇਹਨਾਂ ਲੋਕਾਂ ਵੱਲੋਂ ਦੇਸ਼ ਵਿਰੋਧੀ ਜਿਹੜੇ ਕੇਸ ਪਾਏ ਨੇ, ਜਿੱਦਾਂ ਸਾਡੀ ਜੁਝਾਰੂ ਜਥੇਬੰਦੀ ਰਹੀ ਹੈ ਉਹਦੇ ਨਾਲ, ਬੱਬਰ ਖਾਲਸਾ ਉਹਦੇ ਨਾਲ ਮੈਨੂੰ ਜੋੜਿਆ ਗਿਆ, ਤੇ ਏਦਾਂ ਦੇ ਜਿਹੜੇ ਐਕਸਪਲੋਸਿਵ ਐਕਟ ਹੈ ਜਾਂ ਬੰਬ ਬਲਾਸਟ ਦੇ ਕੇਸ ਨੇ ਉਹ ਮੇਰੇ ਉੱਤੇ ਇਹਨਾਂ ਨੇ ਵੱਲੋਂ ਪਾਏ ਗਏ। ਪਰ ਕਿੰਨੀ ਕਮਾਲ ਦੀ ਗੱਲ ਹੈ ਕਿ 2009 ਦੇ ਵਿੱਚ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਵੀ ਆਸ਼ੂਤੋਸ਼ ਵਾਲਾ ਮਾਮਲਾ ਆਇਆ 2009 ਦੇ ਵਿੱਚ, ਗੋਲੀ ਚੱਲੀ ਹੈ ਤੇ ਤੁਹਾਨੂੰ ਸਜ਼ਾ 2010 ਦੇ ਵਿੱਚ ਹੋ ਰਹੀ ਹੈ, ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਇਹੀ ਹੈ ਕਿ ਹੁਣ ਤੁਸੀਂ ਦੇਖਿਆ ਹੈਗਾ ਤਾਜ਼ਾ ਸਾਡੇ ਅੱਗੇ ਇੰਸੀਡੈਂਟ ਹੈ ਵੀ ਜਿਵੇਂ ਬਰਗਾੜੀ ਦੇ ਵਿੱਚ ਗੋਲੀ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਉਸ ਤੋਂ ਬਾਅਦ ਸਿੱਖ ਨੌਜਵਾਨਾਂ ਦੇ ਉਲਟਾ ਪਰਚੇ ਦਰਜ ਕਰਤੇ, ਪਰ ਰਿਐਕਸ਼ਨ ਕੀ ਹੋਇਆ? ਸੰਗਤ ਉਦੋਂ ਪੂਰੇ ਜੋਸ਼ ਦੇ ਵਿੱਚ ਆ ਗਈ ਕਿ ਇਹ ਗਲਤ ਹੈ ਕਿ ਸਾਡੇ ਗੁਰੂ ਦੀ ਬੇਅਦਬੀ ਕਰੋ ਤੇ ਸਾਡੇ ਸਿੱਖਾਂ ਦੇ ਕੇਸ ਦਰਜ ਕਰੋ। ਉਦੋਂ ਸਰਕਾਰ ਨੇ ਉਦੋਂ ਪਾਲਿਸੀ ਕੱਢੀ, ਜਦੋਂ ਮਾਮਲਾ ਠੰਡਾ ਹੋ ਗਿਆ ਬਿਲਕੁਲ, ਉਸ ਤੋਂ ਬਾਅਦ ਸਾਡੇ ਉੱਤੇ ਜਿਹੜੇ ਇਹ ਕੇਸ ਦਰਜ ਕੀਤੇ ਗਏ ਇਹਨਾਂ ਵੱਲੋਂ। ਜੀ, ਦੇਸ਼ ਵਿਦੇਸ਼ ਦੇ ਦਰਸ਼ਕੋ, ਇਹ ਸਾਰਾ ਸੱਚ ਉਸ ਵੀਰ ਦੇ ਕੋਲੋਂ ਜਾਣਿਆ ਜਿਨ੍ਹਾਂ ਨੇ ਬਕਾਇਦਾ ਆਸ਼ੂਤੋਸ਼ ਦੇ ਸਮਾਗਮ ਦਾ ਵਿਰੋਧ ਕੀਤਾ, ਗੋਲੀ ਵੀ ਲੱਗੀ, 5.5 ਸਾਲ ਜੇਲ੍ਹ ਦੇ ਵਿੱਚ ਰਹੇ। ਕਾਫੀ ਸੱਚ ਸਾਹਮਣੇ ਆ ਜਾਂਦਾ ਹੈ ਵੀ ਕਿਸ ਤਰੀਕੇ ਸਰਕਾਰਾਂ ਇਹਨਾਂ ਦੇ ਨਾਲ ਖੜਦੀਆਂ ਨੇ, ਕਿਸ ਤਰੀਕੇ ਸਰਕਾਰਾਂ ਇਹਨਾਂ ਦਾ ਸਾਥ ਦਿੰਦੀਆਂ ਨੇ। ਇੱਥੋਂ ਤੱਕ ਵੀ ਸੁਣਨ ਦੇ ਵਿੱਚ ਔਰ ਵੇਖਣ ਦੇ ਵਿੱਚ ਆਇਆ ਕਿ ਜਿਹੜੇ ਕਰਮਚਾਰੀ, ਕਿਉਂਕਿ ਲੁਧਿਆਣਾ ਬੜਾ ਵੱਡਾ ਇੱਕ ਇੰਡਸਟਰੀ ਏਰੀਆ, ਜਿਹੜੇ ਕਰਮਚਾਰੀ ਜਾਂ ਜਿਹੜੇ ਮਜ਼ਦੂਰ ਪਰਦੇਸੀ ਪ੍ਰਵਾਸੀ ਕੁਝ ਵੀ ਸਨ, ਉਹਨਾਂ ਨੂੰ ਬਕਾਇਦਾ ਛੁੱਟੀ ਦਵਾ ਕੇ ਇਸ ਮਾਰਚ ਦੇ ਵਿੱਚ ਸ਼ਾਮਿਲ ਕੀਤਾ ਗਿਆ ਕਿ ਜੇ ਸਿੱਖਾਂ ਵੱਲੋਂ ਕੋਈ ਵੀ ਪ੍ਰਤੀਕਰਮ ਹੋਇਆ ਤਾਂ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ। ਔਰ ਬੜੀ ਹੈਰਾਨਗੀ ਵਾਲੀ ਗੱਲ ਹੁੰਦੀ ਕਿ ਪੰਥਕ ਅਖਵਾਉਣ ਵਾਲੀ ਸਰਕਾਰ ਦੇ ਕਰਮਚਾਰੀਆਂ ਨੇ ਇਹਨਾਂ ਸਿੱਖਾਂ ਦੇ ਉੱਪਰ ਹੀ ਗੋਲੀਆਂ ਚਲਾਈਆਂ, ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਸੀ ਕਿ ਗੋਲੀ ਚੱਲੀ ਕੋਈ ਨਹੀਂ। ਉਸ ਤੋਂ ਬਾਅਦ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਬਾਕਾਇਦਾ ਉਹਨਾਂ ਦੇ ਉੱਪਰ ਪਰਚੇ ਹੋਏ, ਕਿਉਂਕਿ ਸਾਡਾ ਵੀਰ 5.5 ਸਾਲ ਬੜੇ ਵੱਡੇ ਹੁੰਦੇ ਨੇ, 5.5 ਘੰਟੇ ਦਾ ਸਮਾਂ ਹੀ ਬੜਾ ਵੱਡਾ ਹੁੰਦਾ ਹੈ ਜਦੋਂ ਆਦਮੀ ਕਿਸੇ ਮੁਸੀਬਤ ਵਿੱਚ ਹੋਵੇ, ਅਤੇ 5.5 ਸਾਲ ਦਾ ਸਮਾਂ ਜੇਲ੍ਹ ਦੇ ਵਿੱਚ ਕੱਟਿਆ, ਹੁਣ ਇਹ ਬਰੀ ਹੋਏ ਨੇ। ਇਸ ਵੀਰ ਦੇ ਕੋਲੋਂ ਇਹ ਵੀ ਆਪਾਂ ਜਾਣਕਾਰੀ ਲੈਂਦੇ ਹਾਂ ਕਿ ਇਹਨਾਂ ਨੂੰ ਜਿਸ ਵੇਲੇ 5.5 ਸਾਲ ਜੇਲ੍ਹ ਦੇ ਵਿੱਚ ਸੀ, ਕਿਹੜੀ ਜਥੇਬੰਦੀ ਕਿਹੜੀ ਸੰਸਥਾ ਨੇ ਇਹਨਾਂ ਨੂੰ ਅੱਗੇ ਹੋ ਕੇ ਸਾਂਭਣ ਦਾ ਯਤਨ ਕੀਤਾ? ਵੀਰ ਜੀ, ਤੁਸੀਂ ਕੌਮ ਦੀ ਖਾਤਰ ਗਏ, ਕਿਉਂਕਿ ਕੌਮੀ ਮਾਮਲਾ ਸੀ ਨਾ, ਇੱਕ ਪੰਥਕ ਮਾਮਲਾ ਸੀ, ਤੁਹਾਡੇ ਅੰਦਰ ਇੱਕ ਦਰਦ ਆਇਆ ਅਤੇ ਤੁਸੀਂ ਗਏ, ਉਸ ਤੋਂ ਬਾਅਦ ਕੌਮ ਵੀ ਤੁਹਾਡੇ ਨਾਲ ਖਲੋਤੀ? ਕੋਈ ਬਾਬਾ ਜਿੱਦਾਂ ਬਾਬੇ ਕਹਿੰਦੇ ਨੇ ਆਪਾਂ, ਸਾਧ ਬਾਬੇ, ਉਹਨਾਂ 'ਚ ਤਾਂ ਕੋਈ ਜਿਹੜਾ ਸਾਡੀ ਨਾ ਹੀ ਕੋਈ ਵਕੀਲ ਕੀਤਾ ਉਹਨਾਂ ਨੇ, ਨਾ ਹੀ ਕੋਈ ਸਾਡੀ ਮਦਦ ਕੀਤੀ ਹੈ ਬਾਬਿਆਂ ਨੇ ਜਦੋਂ ਸਾਡੇ 'ਤੇ ਕੇਸ ਪੈ ਗਏ। ਉਸ ਤੋਂ ਪਹਿਲਾਂ ਸਾਡੇ ਜਦੋਂ ਕੇਸ ਪਏ ਨੇ ਉਸ ਟਾਈਮ ਪਰਿਵਾਰ ਨੇ ਜਿਹੜੀ ਉਹ ਜੋ ਵੀ ਸੀਗਾ ਪਰਿਵਾਰ ਆਪਣੇ ਕੋਲੋਂ ਕਰਦਾ ਰਿਹਾ, ਅਤੇ ਨਾਲ ਸ਼੍ਰੋਮਣੀ ਤੱਤ ਖਾਲਸਾ ਜਿਹੜੀ ਸਾਡੀ ਆਪਦੀ ਜਥੇਬੰਦੀ ਸੀਗੀ, ਉਹ ਉਹਨਾਂ ਦੇ ਜਿਹੜੇ ਨਾਲ ਦੇ ਸਿੰਘ ਸੀਗੇ ਸਰਕਾਰ ਵੱਲੋਂ ਇੰਟੈਰੋਗੇਟ ਕੀਤੇ ਗਏ ਡਰਾ 'ਤੇ, ਉਹ ਪਿੱਛੇ ਹੁਣ ਉਹ ਔਖਾ ਹੋ ਗਿਆ, ਕੁਝ ਸਿੰਘ ਸੀਗੇ ਉਹ ਲਗਾਤਾਰ ਮਦਦ ਮਾੜੀ ਮੋਟੀ ਕਰਦੇ ਰਹੇ ਨੇ। 2 ਸਾਲ ਬਾਅਦ ਮੇਰੀ ਜਿਹੜੀ ਮਦਦ ਹੈ ਵਕੀਲਾਂ ਦੀ ਜਾਂ ਪਰਿਵਾਰ ਦੀ, ਉਹ ਸਿੱਖ ਰਿਲੀਫ ਨਾਮੀ ਸੰਸਥਾ ਜਿਹੜੀ UK ਦੀ, ਇੰਗਲੈਂਡ ਦੀ, ਉਹਨਾਂ ਵੱਲੋਂ ਜਿਹੜੀ ਨਿਰੰਤਰ 5 ਸਾਲ ਲਗਾਤਾਰ 5.5 ਸਾਲ ਕੀਤੀ ਗਈ। ਜੀ 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 ਜੀ। ਅਤੇ ਪਰ ਇਹ ਜਿਹੜਾ ਚੈੱਕ ਪਾਉਣ ਵਾਲਾ ਮਾਮਲਾ ਸੀ, ਇਹ ਕੀ ਸੀ ਭਲਾ? ਇਹ SGPC ਵੱਲੋਂ ਵਾਰ ਵਾਰ, ਉਹ ਜਦੋਂ ਅਸੀਂ ਹੋਸਪਿਟਲ ਦੇ ਵਿੱਚ ਸੀ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਇਹਨੂੰ ਮਿਲਣਾ ਅਵਤਾਰ ਸਿੰਘ ਮੱਕੜ ਵੱਲੋਂ, ਵੀ ਜਿਹੜੇ ਜ਼ਖਮੀ ਹੋਏ ਨੇ ਲੁਧਿਆਣਾ ਗੋਲੀ ਕਾਂਡ 'ਚ, ਸਿੰਘ ਨੇ CMC ਹੋਸਪਿਟਲ 'ਚ ਸੀਗੇ, ਕਿ ਇਹਨਾਂ ਨੂੰ ਮਿਲਣਾ ਅਸੀਂ, ਜੀ ਜਿਹੜੇ ਲੁਧਿਆਣਾ ਗੋਲੀ ਕਾਂਡ ਦੇ ਦੌਰਾਨ ਜ਼ਖਮੀ ਹੋਏ ਸੀ ਅਸੀਂ ਸਾਰੇ ਸਿੰਘ, ਉਹਨਾਂ ਨੂੰ ਮਿਲਣਾ ਅਵਤਾਰ ਸਿੰਘ ਮੱਕੜ ਵੱਲੋਂ ਵਾਰ ਵਾਰ ਕਿਹਾ ਜਾ ਰਿਹਾ ਸੀ। ਜੀ। ਅਤੇ ਸਾਨੂੰ ਜਿਹੜੇ CMC ਦੇ ਹੋਸਪਿਟਲ ਦੇ ਵੱਡੇ ਡਾਕਟਰ ਸੀਗੇ, ਉਹ ਪੁੱਛਣ ਆਉਂਦੇ ਸੀ ਵੀ ਤੁਸੀਂ ਮਿਲਣਾ ਉਹਨਾਂ ਨੂੰ, ਅਸੀਂ ਉਹਨਾਂ ਨੂੰ ਕਿਹਾ ਜਾਂਦਾ ਵੀ ਅਸੀਂ ਮਿਲਣਾ ਨਹੀਂ ਹੈਗਾ, ਜੇ ਮਿਲਣ ਆਏ ਅਸੀਂ ਉਹਨਾਂ ਨੂੰ ਮਾੜਾ ਚੰਗਾ ਬੋਲਾਂਗੇ, ਉਹਨਾਂ ਦੇ ਗਲ ਪਾਵਾਂਗੇ, ਇੱਥੇ ਮਾਹੌਲ ਖਰਾਬ ਹੋਊਗਾ, ਨਾਲ ਸੰਗਤ ਉੱਥੇ ਬਹੁਤ ਸੀਗੀ, ਉਹ ਵੀ ਕਹਿੰਦੇ ਸੀ ਕਿ ਅਸੀਂ ਉਹਨਾਂ ਦੇ ਖਿਲਾਫ਼ ਭੁਗਤਾਂਗੇ। ਅਤੇ ਉਹਨਾਂ ਵੱਲੋਂ ਕਿਹਾ ਜਾਂਦਾ ਸੀਗਾ ਵੀ ਉਹਨਾਂ ਨੇ ਜਿਹੜਾ 50,000 ਦਾ ਜਿਹੜਾ ਚੈੱਕ ਹੈ ਵੀ ਉਹ ਦੇਣਾ ਮੈਨੇਜਰ ਵਗੈਰਾ ਦੀ ਕੋਈ ਨੌਕਰੀ ਵੀ ਦੇਵਾਂਗੇ ਨਾਲ, ਤੇ ਬਾਕੀਆਂ ਨੂੰ 25,000-10,000 ਜੋ ਵੀ ਹੈ ਬਣਦੀ ਉਹ ਦੇਣਗੇ। ਅਸੀਂ ਉਹਨਾਂ ਨੂੰ ਕਿਹਾ ਵੀ ਜੇ ਅਵਤਾਰ ਸਿੰਘ ਮੱਕੜ ਚੈੱਕ ਲੈ ਕੇ ਆਊਗਾ ਅਸੀਂ ਉਦੋਂ ਹੀ ਫੜਾਂਗੇ, ਵੀ ਜੇ ਕੋਈ ਆਵੇ, ਉਹ ਜੇ ਆਊਗਾ ਉਹਦੇ ਨਾਲ ਇੱਦਾਂ ਦਾ ਅਸੀਂ ਸਲੂਕ ਕਰਾਂਗੇ। ਡਾਕਟਰਾਂ ਕੋਲ ਇਹ ਪਾਵਰ ਹੁੰਦੀ ਹੈ, ਜੇ ਉਹ ਚਾਹੁਣ ਵੀ ਕੋਈ ਬੰਦਾ ਨਹੀਂ ਮਿਲਣਾ ਚਾਹੁੰਦਾ, ਮਿਲ ਨਹੀਂ ਸਕਦਾ। ਜੀ, ਇੱਕ ਕੋਈ ਇਹਨਾਂ ਦਾ ਲਾ ਹੁੰਦਾ ਡਾਕਟਰਾਂ ਦਾ, ਉਸ ਤੋਂ ਬਾਅਦ ਪੇਸ਼ੈਂਟ ਕਹੇ ਹਾਂ ਮਿਲ ਨਹੀਂ ਸਕਦਾ, ਡਾਕਟਰ ਨੂੰ ਨਹੀਂ ਮਿਲਾਏਗਾ, ਨਹੀਂ ਮਿਲਾਏਗਾ। ਜਦੋਂ ਅਵਤਾਰ ਸਿੰਘ ਮੱਕੜ ਬਾਹਰ ਆਇਆ ਹੋਸਪਿਟਲ ਦੇ, ਉਹਨਾਂ ਨੇ ਇਹੀ ਸੇਮ ਜਿਹੜਾ ਜਵਾਬ ਦਿਆ ਕਿ ਤੁਹਾਡੇ ਖਿਲਾਫ਼ ਜਿਹੜਾ ਰੋਸ਼ ਨੌਜਵਾਨਾਂ 'ਚ ਬਹੁਤ ਹੈ, ਕਿ ਇੱਕ ਤਾਂ ਤੁਸੀਂ ਸਾਡੇ ਗੋਲੀਆਂ ਮਾਰੋ, ਜਿਹੜੀ ਤੁਹਾਡੀ ਪੁਲਿਸ ਹੈ, ਨਾਲ ਤੁਹਾਡੇ ਭਾਈਵਾਲ ਸਰਕਾਰ ਹੈ, ਤੇ ਜਿਹੜੇ ਡੇਰਾਵਾਦ ਨੇ ਸਿੱਖ ਪੰਥ ਦੇ
ਐਂਟੀ ਲੋਕ ਨੇ, ਦੁਸ਼ਮਣ ਜਮਾਤ ਹੈ, ਉਹ ਸਾਡੇ ਗੋਲੀਆਂ ਮਾਰੇ। ਤੇ ਤੁਹਾਨੂੰ ਉਸ ਤੋਂ ਪਹਿਲਾਂ ਅਸੀਂ ਕਿੰਨੀ ਵਾਰੀ ਬੇਨਤੀਆਂ ਕਰੀਏ ਕਿ ਇਹਨਾਂ ਨੂੰ ਰੋਕੋ ਪ੍ਰੋਗਰਾਮ, ਤੇ ਰੋਕਣਾ ਤੁਹਾਡਾ ਫਰਜ਼ ਬਣਦਾ, ਸਾਡਾ ਘੱਟ ਬਣਦਾ ਵਾ, ਸਾਡਾ ਬਾਅਦ 'ਚ ਬਣਦਾ ਵਾ, ਕਿਉਂਕਿ ਤੁਸੀਂ ਕੌਮ ਦੇ ਲੰਬੜਦਾਰ ਖਵਾਉਂਦੇ ਹੋ ਜੀ। ਉਸ ਸਮੇਂ ਤੁਸੀਂ ਆਏ ਨਹੀਂ ਤੇ ਅੱਜ ਸਾਨੂੰ ਸਾਡਾ ਮੁੱਲ ਪਾਉਣਾ ਹੈ ਉਹ ਗੋਲੀਆਂ ਦਾ, ਠੀਕ ਹੈ? ਵੀ ਇਹ ਨਹੀਂ, ਦੋ ਗੱਲਾਂ ਨਹੀਂ ਚੱਲਣੀਆਂ, ਜਾਂ ਤਾਂ ਇੱਕ ਪਾਸੇ ਰਹੋ ਵੀ ਅਸੀਂ ਬਿਲਕੁਲ ਜਿਹੜਾ ਪੈਸੇ ਦੇ ਤੌਰ 'ਤੇ ਨਹੀਂ ਵਿਕਾਂਗੇ, ਨਾ ਹੀ ਕਿਸੇ ਦਾ ਚੈੱਕ ਲਵਾਂਗੇ, ਨਾ ਹੀ ਕੋਈ SGPC 'ਚ ਮੈਨੇਜਰ ਦੀ ਜਾਂ ਕੋਈ ਹੋਰ ਜਿਹੜੀ ਜੋਬ ਹੈ ਉਹ ਬਿਲਕੁਲ ਨਹੀਂ ਲਵਾਂਗੇ। ਇਹ ਉਸ ਤੋਂ ਬਾਅਦ ਜਿਹੜਾ ਅਵਤਾਰ ਸਿੰਘ ਮੱਕੜ ਆ ਉਹ ਉਸ ਟਾਈਮ ਉੱਥੋਂ ਜਾ ਚੁੱਕੇ ਸੀ, ਨਾਲ ਉਹਦੇ DC ਵੀ ਆਇਆ ਸੀ, DC ਵੀ ਚਲ ਗਿਆ ਸੀਗਾ। ਅੱਛਾ, ਉਹ ਮਿਲੇ ਨਹੀਂ ਫਿਰ ਸਾਨੂੰ। ਅੱਛਾ, ਸਾਨੂੰ ਇਹ ਜਾਣਕਾਰੀ ਦਿਓ ਵੀ ਸਰਕਾਰ ਨੇ ਤੁਹਾਡੇ ਮੁਤਾਬਕ ਕਿਸ ਢੰਗ ਦੇ ਨਾਲ ਉਹਨਾਂ ਦਾ ਸਿੱਧੇ ਰੂਪ ਦੇ ਵਿੱਚ ਸਮਰਥਨ ਕੀਤਾ? ਦੇਖੋ ਜੀ, ਉੱਥੇ ਸਿੱਧੇ ਰੂਪ ਵੀ ਸਮਰਥਨ ਬਿਲਕੁਲ ਸੀ। ਉੱਥੇ 1 ਤਰੀਕ ਤੋਂ ਲੈ ਕੇ ਅਸੀਂ ਦੇਖਦੇ ਆਏ ਹਾਂ, ਅਸੀਂ ਵਾਰ ਵਾਰ ਉੱਥੇ ਪ੍ਰੋਟੈਸਟ ਕਰਦੇ ਸੀਗੇ, 2 ਤਰੀਕ ਨੂੰ ਕੀਤਾ, 1 ਨੂੰ ਕੀਤਾ, 3 ਨੂੰ ਕੀਤਾ, ਫਿਰ 4 ਨੂੰ ਫਿਰ ਕੀਤਾ ਗੁਰਦੁਆਰਾ ਸਾਹਿਬ ਉੱਥੇ, ਗੁਰੂ ਕਲਗੀਧਰ ਗੁਰਦੁਆਰਾ ਸਾਹਿਬ ਲੁਧਿਆਣੇ, ਉੱਥੇ ਕੀਤਾ। ਉਸ ਟਾਈਮ ਤੱਕ DC ਵੀ ਆਇਆ ਉੱਥੇ ਗੁਰਦੁਆਰਾ ਸਾਹਿਬ, ਉਹਨੇ ਕਿਹਾ ਵੀ ਅਸੀਂ ਬਿਲਕੁਲ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਹੋਣ ਦੇਵਾਂਗੇ। ਪਰ ਜਿੱਥੇ ਅਸੀਂ ਇਕੱਠੇ ਹੋਏ ਸੀਗੇ ਉਹ ਸਾਰਾ ਇੱਕ ਇੱਦਾਂ ਘੇਰਿਆ ਹੋਇਆ ਸੀਗਾ, ਕਿਤੇ ਇੱਥੇ ਕੋਈ ਵੱਡੀ ਕੋਈ ਜੰਗ ਹੋਣ ਵਾਲੀ ਹੈ, ਇੰਨੀ ਉੱਥੇ ਪੁਲਿਸ ਫੋਰਸ ਲਾਈ ਹੋਈ ਸੀ, ਇੰਨੇ ਉਹਨਾਂ ਕੋਲ ਅਸਲਾ ਸੀਗਾ, ਇੰਨੇ ਇਸ ਤਰੀਕੇ ਦੇ ਨਾਲ ਉਹ ਤਿਆਰੀ 'ਚ ਸਨ ਕਿ ਸਾਡੇ ਉੱਤੇ ਕਿਸੇ ਵੀ ਟਾਈਮ ਕੋਈ ਤਰ੍ਹਾਂ ਦਾ ਐਕਸ਼ਨ ਕਰਿਆ ਜਾਵੇ। ਜਦਕਿ ਜੇ ਦੂਜੇ ਪਾਸੇ ਦੇਖਿਆ ਜਾਵੇ ਉੱਥੇ 500,000 ਬੰਦਾ ਇਕੱਠਾ ਹੋਇਆ ਇਹਨਾਂ ਲੋਕਾਂ ਵੱਲੋਂ। ਬਾਅਦ ਦੇ ਵਿੱਚ ਮੀਡੀਆ ਨੇ ਚੰਗੇ ਜਿਹੜੇ ਤੁਹਾਡੇ ਵਰਗੇ ਜਰਨਲਿਸਟ ਸੀਗੇ, ਗੁਰਸਿੱਖ ਸੀਗੇ, ਜਿਹੜੇ ਆਪਣੇ ਅਖਬਾਰ ਮਾੜਾ ਮੋਟਾ ਚਲਾਉਂਦੇ ਨੇ ਜਾਂ ਕੋਈ ਇੰਟਰਨੈਟ ਵਗੈਰਾ ਯੂਜ਼ ਕਰਦੇ ਨੇ, ਉਹਨਾਂ ਨੇ ਜਿਹੜਾ ਇਹ ਖੁਲਾਸਾ ਕੀਤਾ ਕਿ ਪੰਜਾਬ 'ਚੋਂ ਪੂਰੇ ਲੁਧਿਆਣੇ ਜ਼ਿਲ੍ਹੇ 'ਚੋਂ ਅਤੇ ਹੋਰ ਵੱਖ ਵੱਖ ਪੰਜਾਬ ਦੇ ਸ਼ਹਿਰਾਂ 'ਚੋਂ ਜਿੰਨੇ ਵੀ ਲੇਬਰ ਸੀਗੀ ਜਿਹੜੀ ਆਪਣਾ ਬਿਹਾਰ ਜਾਂ UP 'ਚੋਂ ਆਉਂਦੀ ਕੰਮ ਕਰਨ ਲਈ, ਉਹਨਾਂ ਨੂੰ ਬਕਾਇਦਾ ਜਿਹੜੀ ਕੁਛ ਲੀਡਰਾਂ ਦੀ ਬੱਸਾਂ ਨੇ ਉਹਨਾਂ ਦੇ ਵਿੱਚ ਸਵਾਰ ਕਰਾ ਕੇ ਉੱਥੇ ਭੀੜ ਇਕੱਠਾ ਕੀਤੀ ਗਈ। ਅੱਛਾ, ਉੱਥੋਂ ਦੇ ਲੋਕਾਂ ਦੀ ਸਿੱਧੇ ਰੂਪ ਦੇ ਵਿੱਚ ਤੁਹਾਨੂੰ ਲੱਗਦਾ ਵੀ ਸਰਕਾਰ ਦਾ ਸਮਰਥਨ ਹੈ? ਈਵਨ ਕਿ ਉੱਥੋਂ ਦੇ ਲੋਕਾਂ ਨੇ ਉਸ ਟਾਈਮ ਡਾਂਗਾਂ, ਤਲਵਾਰਾਂ, ਹੋਰ ਜਿਹੜੇ ਮਾਰੂ ਹਥਿਆਰ ਨੇ ਉਹ ਵੀ ਉੱਥੇ ਜਮ੍ਹਾਂ ਕੀਤੇ ਹੋਏ ਸਨ ਜੀ। ਫਿਰ ਪੁਲਿਸ ਨੇ ਆਪਣੀ ਗੱਡੀ ਦੇ ਵਿੱਚ, ਇਹ ਵੀਡੀਓ ਵੀ ਹੈਗੀ ਹੈ ਇੰਟਰਨੈਟ 'ਤੇ, ਆਪਣੀ ਗੱਡੀ ਦੇ ਵਿੱਚ ਇੱਟਾਂ ਰੋੜੇ ਰੱਖੇ ਹੋਏ ਸੀਗੇ ਸਿੰਘਾਂ ਦੇ ਉੱਤੇ ਪਥਰਾਅ ਕਰਨ ਲਈ ਜੀ। ਇਸ ਤਰੀਕੇ ਦੇ ਨਾਲ ਉਹ ਵੀ ਹਥਿਆਰਾਂ ਦੇ ਵਿੱਚ ਲੈਸਨ ਨੇ ਜੀ, ਤੇ ਇਧਰੋਂ ਪੁਲਿਸ ਵੀ ਹਥਿਆਰਾਂ ਦੇ ਨਾਲ ਸੀ ਬਿਲਕੁਲ, ਤੇ ਤੁਸੀਂ? ਅਸੀਂ ਬਿਲਕੁਲ ਕੋਈ ਵੀ ਨਹੀਂ, ਮਾੜਾ ਮੋਟਾ ਕਿਸੇ ਕੋਲ ਸੀਰੀ ਸਾਹਿਬ ਸੀ, ਉਹ ਨਾ ਮਾਤਰੇ ਸੀ, ਸਿੰਘ ਪ੍ਰੋਟੈਸਟ ਕਰਦੇ ਸੀ ਪੀਸਫੁਲੀ ਜੀ। ਉਸ ਤੋਂ ਬਾਅਦ ਜਦੋਂ ਉਧਰੋਂ ਗੋਲੀ ਚੱਲੀ ਜਾਂ ਕੁਛ, ਇਹ ਤੁਹਾਡੇ ਸਾਹਮਣੇ ਹੀ ਹੈ ਵੀ ਕਿੱਦਾਂ ਉੱਥੇ ਸਿੱਖਾਂ ਦੀ ਜਿਹੜੀ ਇੱਕ ਤਰ੍ਹਾਂ ਦੀ ਚੱਲਦਾ ਹੀ ਹਾਂ, ਨਸਲਕੁਸ਼ੀ ਇੱਕ ਤਰ੍ਹਾਂ ਦੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਵੇਂ ਸਾਧ ਇਸ ਸਾਰੇ ਮਾਮਲੇ ਦੇ ਵਿੱਚੋਂ ਬਚ ਕੇ ਕਿਵੇਂ ਨਿਕਲ ਗਿਆ? ਸਾਧ ਬਚ ਕੇ ਐਵੇਂ ਨਿਕਲਿਆ ਜਿਵੇਂ ਤੁਸੀਂ ਇਤਿਹਾਸ 'ਚ ਪੜ੍ਹਿਆ ਹੋਊਗਾ, 1978 ਦਾ ਸਾਕਾ ਜਿਹੜਾ ਕਿਵੇਂ ਵਾਪਰਿਆ ਤੇ ਕਿਵੇਂ ਉੱਥੋਂ ਦਾ ਜਿਹੜਾ ਸਾਧ ਨਿਕਲਿਆ ਸੀ, ਜਿਵੇਂ 1978 ਦੇ ਵਿੱਚ ਸਿੰਘਾਂ 'ਤੇ ਗੋਲੀ ਚਲਾਈ ਗਈ, ਸੇਮ ਇਸੇ ਤਰੀਕੇ ਦੇ ਨਾਲ ਇੱਥੇ ਗੋਲੀ ਚਲਾਈ ਗਈ ਹੈ। ਉੱਥੇ ਵੀ ਪੁਲਿਸ ਵੱਲੋਂ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਮੌਕੇ 'ਤੇ, ਇੱਥੇ ਵੀ ਨਹੀਂ ਕੀਤਾ ਗਿਆ। ਕੀ ਬਾਤ ਹੈ! ਉੱਥੇ ਵੀ ਸਰਕਾਰ ਵੱਲੋਂ ਖੁਦ ਜਿਨ੍ਹਾਂ ਨੇ ਗੋਲੀ ਚਲਾਈ ਹੈ, ਨਿਰੰਕਾਰੀ ਸੀਗਾ ਜਿਹੜਾ, ਨਰਕਧਾਰੀ ਸੀਗਾ, ਉਸ ਨੂੰ ਆਪਣੀ ਸੁਰੱਖਿਆ ਦੇ ਹੇਠ, ਛੱਤਰੀ ਦੇ ਹੇਠ ਪੰਜਾਬ ਤੋਂ ਬਾਹਰ ਕੱਢਿਆ ਗਿਆ। ਇਸ ਨੂੰ ਵੀ ਜਦੋਂ ਗੋਲੀ ਚਲਾਈ ਗਈ ਸਿੱਖ ਨੌਜਵਾਨਾਂ ਦੇ ਉੱਤੇ, ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਉੱਥੇ ਗੋਲੀ ਚੱਲ ਗਈ, ਸਿੱਖ ਫਿਰ ਵੀ ਨਹੀਂ ਹਟੇ, ਅੱਗੇ ਆ ਰਹੇ ਨੇ, ਉਸ ਤੋਂ ਬਾਅਦ ਉਹਨੂੰ ਆਪਣੇ ਹੈਲੀਕਾਪਟਰ ਦੇ ਵਿੱਚ ਬਿਠਾ ਕੇ ਉੱਥੋਂ ਕੱਢਿਆ ਗਿਆ ਤੇ ਪੰਜਾਬ ਤੋਂ ਬਾਹਰ ਭੇਜਿਆ ਗਿਆ। ਅੱਛਾ, ਸਰਕਾਰ ਵੱਲੋਂ? ਬਿਲਕੁਲ ਜੀ, ਹੈਲੀਕਾਪਟਰ ਤੋਂ ਉੱਪਰ ਇਹਨੂੰ ਕੱਢ ਕੇ ਭੇਜਿਆ ਗਿਆ, ਕੱਢ ਕੇ ਭੇਜਿਆ ਗਿਆ ਜੀ। ਦੇਸ਼ ਵਿਦੇਸ਼ ਦੇ ਦਰਸ਼ਕੋ ਪੂਰਾ ਦਾ ਪੂਰਾ ਮਾਮਲਾ 1978 ਦੇ ਨਾਲ ਕਿਵੇਂ ਮੇਲ ਖਾਂਦਾ ਪਿਆ। ਉਦੋਂ ਵੀ 78 ਦੇ ਵਿੱਚ ਉਹ ਮਾਰਚ ਕੱਢਣਾ ਚਾਹੁੰਦਾ ਸੀ, 2009 ਦੇ ਵਿੱਚ ਵੀ ਆਸ਼ੂਤੋਸ਼ ਮਾਰਚ ਕੱਢਣਾ ਚਾਹੁੰਦਾ ਸੀ, ਉਹ ਵੀ ਕਹਿੰਦਾ ਸੀ ਮੈਂ ਪਾਲਕੀ, ਇਹ ਵੀ ਕਹਿੰਦਾ ਪਾਲਕੀ, ਉਹ ਵੀ ਕਹਿੰਦਾ ਮੇਰੇ ਸਿਤਾਰੇ, ਇਹ ਵੀ ਕਹਿੰਦਾ ਮੇਰੇ ਪਿਆਰੇ। ਅੰਦਾਜ਼ਾ ਲਾਇਆ ਜੇ ਇਹ ਸਾਡੀਆਂ ਭਾਵਨਾਵਾਂ ਦੇ ਨਾਲ ਖਿਲਵਾੜ। ਉਦੋਂ ਵੀ ਗੋਲੀ ਚੱਲੀ, 2009 ਦੇ ਵਿੱਚ ਵੀ ਗੋਲੀ ਚੱਲੀ, ਉਦੋਂ ਸ਼ਹੀਦੀਆਂ ਜ਼ਿਆਦੀਆਂ ਹੋਈਆਂ, ਇੱਥੇ ਇੱਕ ਸਿੰਘ ਸ਼ਹੀਦ ਹੋਇਆ। ਉਦੋਂ ਵੀ ਨਰਕਧਾਰੀ ਨੂੰ ਆਪਣੀ ਸਰਕਾਰੀ ਗੱਡੀ ਸੁਰੱਖਿਆ ਦੇ ਹੇਠ ਪੰਜਾਬ ਤੋਂ ਬਾਹਰ ਕੱਢਿਆ ਗਿਆ। ਇਸ ਵਾਰ ਵੀ 2009 ਦੇ ਵਿੱਚ ਆਸ਼ੂਤੋਸ਼ ਨੂੰ ਇੰਨਾ ਕੁਝ ਕਰਨ ਤੋਂ ਬਾਅਦ ਗ੍ਰਿਫਤਾਰ ਨਹੀਂ ਕੀਤਾ ਗਿਆ, ਇਸੇ ਪ੍ਰਕਾਰ ਸਰਕਾਰੀ ਸੁਰੱਖਿਆ ਦੇ ਵਿੱਚ ਪੰਜਾਬ ਤੋਂ ਬਾਹਰ ਕੀਤਾ ਗਿਆ। ਹੁਣ ਅੰਦਾਜ਼ਾ ਆਪ ਲਾਈਏ, ਇਹ ਪੰਥਕ ਸਰਕਾਰ ਪੰਥ ਦੇ ਨਾਲ ਹੈ ਜਾਂ ਪੰਥ ਵਿਰੋਧੀਆਂ ਦੇ ਨਾਲ ਹੈ? ਜਦੋਂ ਇਹ ਸਾਰੇ ਮਾਮਲੇ ਦੀ ਅਸੀਂ ਜਾਣਕਾਰੀ ਇਕੱਠੀ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਪੰਥ ਵਿਰੋਧੀਆਂ ਦੇ ਨਾਲ ਹੈ, ਇਸ ਕਰਕੇ ਪੰਥਕ ਸਰਕਾਰ ਕਿਵੇਂ ਕਹਾਂਗੇ? ਵੀਰ ਜੀ, ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ, ਤੁਸੀਂ ਸਾਡੇ ਸਟੂਡੀਓ ਵਿੱਚ ਆਏ ਔਰ ਪੂਰੀ ਦੀ ਪੂਰੀ ਉਹ ਸਾਰੀ ਚੀਜ਼ ਬਿਆਨੀ, ਕਿਉਂਕਿ ਤੁਸੀਂ ਇੱਕ ਚਸ਼ਮਦੀਦ ਸੀ, ਬਾਕਾਇਦਾ ਤੁਹਾਡੇ ਗੋਲੀ ਵੀ ਲੱਗੀ, ਤੁਸੀਂ 5.5 ਸਾਲ ਸਜ਼ਾ ਵੀ ਭੁਗਤੀ ਹੈ।
ਔਰ ਸਾਰਾ ਪਰਮਾਤਮਾ ਕਿਰਪਾ ਕਰਨ ਤੁਹਾਨੂੰ ਇਸੇ ਪ੍ਰਕਾਰ ਦਾ ਬਲ ਪ੍ਰਦਾਨ ਕਰਨ ਤਾਂ ਕਿ ਕੌਮੀ ਕਾਰਜਾਂ ਦੇ ਵਿੱਚ ਤੁਸੀਂ ਅੱਗੇ ਵੱਧਦੇ ਰਹੋ। ਸੋ ਦਰਸ਼ਕੋ, ਸਮਾਂ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਅਗਲੇ ਹਫ਼ਤੇ ਕਿਸੇ ਨਵੀਂ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗਾ। ਤਦ ਤੱਕ ਲਈ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना।